चल गए जी चल गए। ਅੱਛਾ 160 ਚੱਲ ਰਹੀ ਹੈ। ਹਾਂਜੀ ਸਹੀ ਸਹੀ ਮਤਲਬ ਤੁਹਾਡਾ ਟ੍ਰਾਂਸਮਿਟਰ ਹੋਰ ਕੋਈ ਲੱਗੋ ਹੋਇਆ ਨਾ? ਸਹੀ ਹਾਂਜੀ ਤੁਹਾਨੂੰ ਪ੍ਰੋਬਲਮ ਕੋਈ ਨਹੀਂ ਪੂਰੀ ਸਹੀ ਯਾਨੀ ਕਿ ਉਹਦੇ ਨਹੀਂ ਗਿਆਉਣੀ। ਹਾਂ ਉਹ ਸਾਈਡ 'ਤੇ ਕਿਤੇ ਨਹੀਂ ਜਾ ਰਹੀ। ਸਹੀ ਸਿਰਫ ਇਹ ਜਗ੍ਹਾ 'ਤੇ ਸਿਰਫ ਇਹ ਜਾ ਰਹੀ ਯਾਨੀ ਕਿ ਜਿੱਧਰ ਤੁਹਾਡਾ ਟਰੈਕਟਰ ਚੱਲ ਰਿਹਾ ਨਾ। ਅੱਛਾ ਉੱਧਰ ਨਹੀਂ ਚੱਲਣਾ। ਉਹ ਨਾਲ ਵਾਲੇ ਜਿੰਨੇ ਮਰਜ਼ੀ ਚੱਲਦੇ ਨੇ ਨਾ ਉਹਨਾਂ ਨੂੰ ਤੰਗ ਕਰੇਗੀ ਨਾ ਉਹਦੇ ਤੋਂ ਹੋਏਗੀ। ਠੀਕ ਹੋ ਗਿਆ। ਰਿਸੀਵਰ ਇਹਨੂੰ ਸਿਰਫ ਰਿਸੀਵ ਕਰ ਰਿਹਾ ਹੈਗਾ। ਠੀਕ ਹੋ ਗਿਆ। ਠੀਕ ਉਸ ਤੋਂ ਬਾਅਦ ਆ ਗਿਆ ਜੀ ਉਹ ਕੀ ਕਹਿੰਦੇ ਨੇ ਸਲੋਪ ਆਪਸ਼ਨ। ਅੱਛਾ ਇਹ ਚਰਚ ਵਿਖੇ। ਹਾਂ ਚਾਰ ਸਾਈਡ 'ਤੇ ਆ ਗਏ। ਹੁਣ ਸਲੋਪ ਆਪਸ਼ਨ ਅਗਰ ਤੁਸੀਂ ਦਬਾਉਂਦੇ ਹਾਂ ਨਾ ਇਹਦਾ ਅਤੇ ਐਕਸ ਔਰ ਵਾਈ ਦਾ ਉਹ ਅਪ ਔਰ ਡਾਊਨ ਹੋਏਗਾ, ਲੇਕਿਨ ਉਹ ਪਹਿਲੇ ਲਾਈਨ ਲਗਾਵੇਗੇ ਨਾ ਬੰਦਾ ਫਿਰ ਪਤਾ ਲੱਗਦਾ। ਉਹ ਬੋਰਡ 'ਤੇ ਤੁਸੀਂ ਕਰੋਗਾ ਬੋਰਡ 'ਤੇ ਪਤਾ ਲੱਗ ਜਾਵੇਗਾ। ਠੀਕ ਹੋ ਗਿਆ। ਸਲੋ ਹੈ। ਹਾਂਜੀ ਇੱਕ ਪੁਆਇੰਟ ਉੱਤੇ ਗਈ। ਆਰ ਪੀ ਐਮ 50 ਹੋ ਗਈ। ਅੱਛਾ ਆਰ ਪੀ ਐਮ 200 ਹੋ ਗਈ। ਅੱਛਾ ਧੁੰਦ ਧੂਲ ਮਿੱਟੀ ਅੱਛਾ ਅਤੇ ਫੋਗ ਉਹਦੇ 'ਚ ਕੰਮ ਕਰਦੀ ਹੈ ਅਤੇ ਆਰ ਪੀ ਐਮ 600 ਆ ਗਈ। ਅੱਛਾ ਪੂਰੀ ਆ ਗਈ। ਪੂਰੀ ਹੋ ਗਈ। ਪੂਰੀ ਹੋ ਗਈ। ਠੀਕ ਹੋ ਗਈ ਜੀ। ਉਸ ਤੋਂ ਬਾਅਦ ਆ ਜਾਂਦੀ ਸਲੋਪ ਆਪਸ਼ਨ। ਉਰਲਾ ਨੁੱਕਰ ਵਾਲਾ ਲਗਵਾਉਣਾ ਤਾਂ ਨਹੀਂ ਜੀ ਹੈ ਉਹ ਬੇਸਿਕਲੀ ਰਿਮੋਟ ਤੋਂ ਅਸੀਂ ਚਲਾ ਰਹੇ ਹੁੰਦੇ ਹਾਂ ਨਾ ਸਲੋਪ ਹੈ ਬੜਾ ਅਤੇ ਰਿਮੋਟ ਤੋਂ ਬੜਾ ਆਸਾਨ ਹੈ ਹਰ ਚੀਜ਼ ਲਿਖੀ ਹੋਈ ਹੈ। ਰਿਮੋਟ ਵੀ ਹੁੰਦਾ? ਹਾਂ ਰਿਮੋਟ। ਹਾਂਜੀ ਹਾਂਜੀ ਰਿਮੋਟ ਵੀ ਹੁੰਦਾ ਇੰਜਨ ਰਿਮੋਟ ਹੀ ਹੈ। ਜਿੰਨਾ ਐਕਸ ਲਿਜਾਣਾ ਹੈ ਜਿੰਨਾ ਵਾਈ ਲਿਜਾਣਾ ਹੈ ਅੱਛਾ ਉਹਨਾਂ ਕਰਕੇ ਅਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਛੋੜਨਾ ਆਪਣੇ ਆਪ ਉਹ ਇਹਦਾ ਪਹਿਲੇ ਜਮ੍ਹਾਂ ਤਾਂ ਫ੍ਰੀ ਕੱਢੇਗਾ ਰਿਮੋਟ 'ਤੇ ਸਾਰਾ ਕੁਛ ਆ ਰਿਹਾ ਹੁੰਦਾ ਅੱਛਾ ਕਿ 0.5 ਜਿਹੜਾ ਉਹ ਐਕਸ ਚਲਾ ਗਿਆ 0.5 ਜਿਹੜਾ ਹੈ ਉਹ ਅਪ ਹੋ ਗਿਆ। ਸਹੀ ਐਕਸ ਦਾ ਇੱਕ ਵਾਈ ਦਾ ਹੁੰਦਾ ਇੱਕ ਐਕਸ ਦਾ ਹੁੰਦਾ ਫਿਰ ਉਹ ਦੋਨੋਂ ਸਾਈਡਾਂ ਦਾ ਜਿਹੜਾ ਮੁਕੰਮਲ ਉਹ ਨਿਕਲ ਆਉਂਦਾ। ਹਾਂ ਇੱਥੇ ਹੈ ਉੱਥੇ ਕੱਢ ਰਿਹਾ ਕੱਢਣ ਦੇ ਦੇਖੋ ਨਾ ਇੱਕ ਸਾਈਡ ਦੋ ਸਾਈਡਾਂ ਤਿੰਨ ਸਾਈਡਾਂ ਚਾਰ ਸਾਈਡਾਂ ਉਸ ਤੋਂ ਬਾਅਦ ਫਿਰ ਅੱਗੇ ਆ ਗਿਆ ਆਰ ਪੀ ਐਮ 50 ਤੇ ਚਲਾਉਣੀ 100 ਤੇ ਚਲਾਉਣੀ 200 ਤੇ ਚਲਾਉਣੀ ਜਾਂ 600 ਤੇ ਚਲਾਉਣੀ ਇਹ ਹੋ ਗਿਆ। ਉਸ ਤੋਂ ਬਾਅਦ ਐਕਸ ਔਰ ਵਾਈ ਅਕਸਰ ਸਲੋਪ 'ਚ ਸਿਰਫ ਐਕਸ ਹੁੰਦਾ ਵਾਈ ਨਹੀਂ ਹੁੰਦਾ ਇਹਦੇ 'ਚ ਐਕਸ ਔਰ ਵਾਈ ਦੋਨੋਂ ਸਾਈਡਾਂ ਨੇ ਬੇਸ਼ੱਕ ਇੱਧਰੋਂ ਅਪ ਡਾਊਨ ਕਰ ਲਓ ਬੇਸ਼ੱਕ ਇੱਧਰੋਂ ਕਰ ਲਓ ਕਰਦੇ ਹਾਂ ਉਹਦੇ 'ਚ ਚੱਲਦੇ ਹਾਂ ਉਹਦੇ ਵਿੱਚ ਕਰ ਲਓ ਪਰ ਰਿਮੋਟ ਤੋਂ ਬੈਠੇ ਤੁਸੀਂ ਕਰਨਾ ਇਹਦੀ ਨਾ ਮੈਨੂੰ ਥੋੜ੍ਹੀ ਜਿਹੀ ਮੈਂ ਥੋੜ੍ਹਾ ਜਿਹਾ ਕਨਫਿਊਜ਼ ਹਾਂ।